ਇੱਕ ਨਾ ਕੱਲ੍ਹ ਮੈਨੂੰ ਸੋਸ਼ਲ ਮੀਡੀਆ ਤੋਂ ਖਬਰ ਮਿਲੀ ਕਿ ਜਿਹੜੇ ਮੁੰਡੇ ਨੇ ਮਾਨ ਬਠਿੰਡੇ ਵਾਲੇ ਨੇ ਮੁੱਦਾ ਚੁੱਕਿਆ, ਢਿੱਲੋਂ ਬਠਿੰਡੇ ਵਾਲੇ ਹੁਣਾਂ ਨੇ ਮੁੱਦਾ ਚੁੱਕਿਆ ਨਰਮੇ ਦਾ, ਅਤੇ ਜਿਹਦਾ ਕਰਕੇ ਸਰਕਾਰ ਹਿੱਲ ਗਈ। ਕੇਜਰੀਵਾਲ ਹੁਣਾਂ ਨੇ ਬਿਆਨ ਦਿੱਤੇ, ਉੱਧਰੋਂ ਭਾਈ ਸੁਖਬੀਰ ਬਾਦਲ ਟਿੰਡੇ ਫਰੋਲੀ ਜਾਂਦਾ ਸੀ, ਉੱਧਰੋਂ ਚੰਨੀ ਸਾਹਿਬ ਹੁਣੇ ਖੇਤਾਂ 'ਚ ਤੁਰੇ ਫਿਰਦੇ ਸੀ। ਉਸੇ ਬੰਦੇ ਦੀ ਆਵਾਜ਼ 'ਤੇ, ਉਸੇ ਬੰਦੇ ਨੂੰ ਆਵਾਜ਼ ਚੱਕਣ ਦਾ, ਜਿਹੜਾ ਉਹ ਲੋਕਾਂ ਦੀ ਆਵਾਜ਼ ਸੁਣਨ ਦਾ ਇੱਕ ਇਨਾਮ ਮਿਲ ਰਿਹਾ। ਉਹ ਇਨਾਮ ਮਿਲ ਰਿਹਾ ਕਿ ਉਹ 'ਤੇ ਪਰਚਾ ਕਰਨ ਦੀ ਤਿਆਰੀ ਕੀਤੀ ਜਾ ਰਹੀ, ਅਤੇ ਪਰਚਾ ਕੌਣ ਕਰਾ ਰਿਹਾ? ਪਰਚਾ ਕਰਾਉਣ ਦੀ ਕੋਸ਼ਿਸ਼ ਕਰਾ ਰਹੀਆਂ ਦਵਾਈਆਂ ਦੀਆਂ ਕੁਛ ਕੰਪਨੀਆਂ, ਫਿਲਹਾਲ ਨਾਮ ਨਹੀਂ ਲਵਾਂਗਾ, ਕੁਛ ਕੰਪਨੀਆਂ, ਕੋਈ ਗੱਲ ਨਹੀਂ, ਪਰਚਾ ਕਰਾ ਲੈਣ ਦਿਓ। ਜਦੋਂ ਪਰਚੇ 'ਤੇ ਮਦਈ ਦਾ ਨਾਂ ਲਿਖਿਆ ਜਾਂਦਾ, ਉਦੋਂ ਤੁਹਾਡੇ ਸਾਹਮਣੇ ਨਾਂ ਵੀ ਰੱਖ ਦਿਆਂਗੇ ਕਿ ਕੌਣ ਕਰਾ ਰਿਹਾ। ਪਰ ਇੱਕ ਗੱਲ ਦੀ ਤਿਆਰੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਪਹਿਲਾਂ ਹੀ ਕਰ ਲਓ ਕੰਪਨੀਆਂ ਵਾਲਿਓ, ਕਿ ਮਾਨ ਨੂੰ ਐਵੇਂ ਹੀ ਨਾ ਸਮਝ ਲਿਓ ਵੀ ਭਾਈ ਠੀਕ ਆ, ਜ਼ਿਮੀਂਦਾਰਾਂ ਦਾ ਮੁੰਡਾ ਸੋਸ਼ਲ ਮੀਡੀਆ ਚਲਾਉਂਦਾ, ਜਿੰਨਾ ਕੁ ਪਤਾ ਸੀ, ਪਤਾ ਪੁਤਾ ਤਾਂ ਸਾਨੂੰ ਸਾਰਾ ਕੁਛ ਹੀ ਆ, ਕਿਵੇਂ ਕੱਚੇ 'ਤੇ ਦਵਾਈ ਵਿਕਦੀ ਆ ਅਤੇ ਕਿਵੇਂ ਪੱਕੇ 'ਤੇ ਦਵਾਈ ਵਿਕਦੀ ਆ ਸਾਨੂੰ ਇਹ ਵੀ ਪਤਾ, ਅਤੇ ਕੱਚੇ ਵਾਲੀ ਕਿਵੇਂ ਫੜਾਈ ਜਾਂਦੀ ਆ, ਕਿਵੇਂ ਕੰਪਨੀਆਂ ਦੀਆਂ ਅਫਸਰਾਂ ਨਾਲ ਗੱਲਾਂ ਬਾਤਾਂ ਹੁੰਦੀਆਂ। ਅਫਸਰ ਓਨਾ ਚਿਰ ਹੀ ਕੰਪਨੀਆਂ ਵਾਲਿਆਂ ਨੂੰ ਦੱਸ ਦਿੰਦੇ ਆ ਚੁੱਪ ਰਹਿੰਦੇ ਆ, ਜਿੰਨਾ ਚਿਰ ਥੱਲਿਓਂ ਲੋਕ ਨਾ ਬੋਲਣ ਓਨਾ ਚਿਰ ਹੀ ਉਹ ਹਜ਼ਮ ਕਰਦੇ ਆ ਰਿਸ਼ਵਤਾਂ। ਜਦੋਂ ਥੱਲੋਂ ਲੋਕ ਬੋਲ ਪੈਣ ਨਾ, ਤਾਂ ਉਦੋਂ ਅਫਸਰ ਮਜਬੂਰੀ ਨਾਲ ਕਹਿੰਦਾ ਯਾਰ ਹੁਣ ਮੇਰੇ ਬੱਸ ਦੀ ਗੱਲ ਨਹੀਂ, ਉੱਤੋਂ ਪ੍ਰੈਸ਼ਰ ਬਹੁਤ ਹੈ, ਠੀਕ ਹੈ ਕਿ ਨਹੀਂ? ਅਤੇ ਫਿਰ ਸਾਨੂੰ ਪਤਾ ਹੈ ਕਿ ਵਿਦਾਊਟ GST ਕਿਵੇਂ ਦਵਾਈਆਂ ਵਿਕਦੀਆਂ ਅਤੇ ਉਹ ਕਿਵੇਂ ਫੜਾਉਣੀਆਂ। ਫਿਰ ਅਸੀਂ ਗੋਦਾਮਾਂ 'ਤੇ ਛਾਪੇ ਦੁਕਾਨਦਾਰਾਂ ਵਾਲਿਆਂ 'ਤੇ ਕਿਵੇਂ ਮਰਾਉਣੇ ਆ? ਫਿਰ ਸਾਨੂੰ ਇਹ ਕੰਮ ਕਰਨਾ ਪਊਗਾ, ਕਿਉਂਕਿ ਅਸੀਂ ਕਿਸੇ ਸੱਚੇ ਬੰਦੇ ਦੀ ਆਵਾਜ਼ ਚੱਕਣ ਵਾਲੇ ਨੂੰ ਐਂ ਦਬਣ ਨਹੀਂ ਦੇਵਾਂਗੇ ਵੀ ਜੇ ਕੋਈ ਬੰਦਾ ਕਹਿ ਦੂਗਾ ਕਿ ਭਾਈ ਅੱਜ ਆਵਾਜ਼ ਚੱਕ ਲਈਏ ਤਾਂ ਗੱਲ ਹੋ ਗਈ, ਕੱਲ੍ਹ ਨੂੰ ਕੋਈ ਆਵਾਜ਼ ਚੱਕਣ ਦੀ ਕੋਸ਼ਿਸ਼ ਨਾ ਕਰੇ। ਮੈਨੂੰ ਪਤਾ ਵੀ ਇਹ ਤੁਸੀਂ ਸਿੰਗ ਦਾਗ ਰਹੇ ਹਾਂ ਕਿ ਅੱਜ ਤਾਂ ਜਿਹੜਾ ਕੰਮ ਮਾਨ ਨੇ ਕਰਨਾ ਸੀ ਕਰਤਾ, ਕੱਲ੍ਹ ਨੂੰ ਨਾ ਕੋਈ ਕਰੇ, ਇਸ ਕਰਕੇ ਹੋ ਰਿਹਾ। ਪਰ ਅਸੀਂ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਂਦੇ ਹਾਂ ਕੰਪਨੀਆਂ ਵਾਲਿਆਂ ਨੂੰ ਦੱਸ ਦਿੰਦਾ ਕਿ ਅਸੀਂ ਸਾਰੇ ਇਕੱਠੇ ਹਾਂ, ਮੈਂ ਬਾਹਲੀਆਂ ਗੱਲਾਂ ਡਿਸਕਲੋਜ ਨਹੀਂ ਕਰਨਾ, ਸਿਰਫ ਮੈਂ ਇੰਨਾ ਦੱਸਤਾ, ਹਜੇ ਕੱਚੇ ਪੱਕੇ ਵਾਲੀ ਗੱਲ ਦੱਸੀ ਆ, ਸੈਂਪਲ ਕਿਹੜੀਆਂ ਕਿਹੜੀਆਂ ਦਵਾਈਆਂ ਦੇ ਭਰਾਇਆ ਕਰਾਂਗੇ, ਕੈਮਰੇ ਚੱਕ ਕੇ ਫਿਰ ਤੁਹਾਡੇ ਦਾਲੇ ਹੀ ਹੋ ਜਾਵਾਂਗੇ, ਕਿਉਂਕਿ ਅਸੀਂ ਤਾਂ ਸੋਸ਼ਲ ਮੀਡੀਆ ਚਲਾਉਣ ਵਾਲੇ ਹਾਂ, ਸਾਨੂੰ ਤਾਂ ਫਿਰ ਕੋਈ ਕੰਮ ਚਾਹੀਦਾ। ਕੋਈ ਗੱਲ ਨਹੀਂ, ਇੱਧਰ ਨਹੀਂ ਤਾਂ ਫਿਰ ਇੱਧਰ ਸਹੀ, ਫਿਰ ਅਸੀਂ ਇੱਧਰਲੇ ਪਾਸੇ ਹੋ ਜਾਵਾਂਗੇ, ਕੋਈ ਐਡੀ ਗੱਲ ਨਹੀਂ। ਵੀ ਜੇ ਕੋਈ ਬੰਦਾ ਕਹਿ ਦੇਵੇ ਵੀ ਮਾਨ 'ਤੇ ਪਰਚਾ ਕਰਾ ਕੇ, ਫਿਰ ਖਾਵੀਂ ਸੋਸ਼ਲ ਮੀਡੀਆ 'ਤੇ ਆਵਾਜ਼ ਚੱਕਣ ਵਾਲੀ ਆਵਾਜ਼ ਹੀ ਦੱਬ ਜੂਗੀ। ਮੈਂ ਮਾਨ ਬਠਿੰਡੇ ਵਾਲੇ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਮੇਰਾ ਨੰਬਰ ਨਹੀਂ ਲੱਗਿਆ, ਮੈਂ ਫੋਨ ਨੰਬਰ ਲਾਇਆ, ਬਾਈ ਦਾ ਨੰਬਰ ਬਿਜ਼ੀ ਆਉਂਦਾ ਸੀ, ਬਾਈ ਦਵੀ ਨਾ, ਡਰੀ ਨਾ, ਤੇਰੇ ਨਾਲ ਆ, ਜਿੱਥੇ ਵੀ ਖੜ੍ਹਨਾ ਪਿਆ, ਕੋਰਟ ਜਾਣਾ ਪਿਆ, ਕਚਹਿਰੀ ਜਾਣਾ ਪਿਆ, ਜਿੰਨਾ ਵੀ ਮੈਂ ਅਤੇ ਹਰਭੇਤ ਸਿੱਧੂ ਨੇ ਫੈਸਲਾ ਕੀਤਾ ਕੱਲ੍ਹ ਬੈਠਿਆਂ ਨੇ ਕਿ ਯਾਰ ਸੋਸ਼ਲ ਮੀਡੀਆ 'ਤੇ ਇੱਕ ਸੱਚੀ ਸੁੱਚੀ ਜ਼ਿਮੀਂਦਾਰਾਂ ਦੇ ਪੁੱਤ ਹੋਣ ਦੇ ਨਾਤੇ ਜੇ ਕਿਸੇ ਬੰਦੇ ਨੇ ਆਵਾਜ਼ ਚੱਕੀ ਆ ਨਾ, ਮੈਂ ਅਤੇ ਹਰਭੇਤ ਸਿੱਧੂ ਨੇ ਫੈਸਲਾ ਕੀਤਾ ਵੀ ਜਿੰਨਾ ਵੀ ਮਾਨ ਦਾ ਖਰਚਾ ਆਊਗਾ ਕੋਰਟ ਕਚਹਿਰੀ ਦਾ ਜਾਂ ਉਹਦਾ ਨੁਕਸਾਨ ਹੋਊਗਾ ਕੰਮ ਕਾਰ ਦਾ, ਸਾਰਾ ਨੁਕਸਾਨ ਅਸੀਂ ਦੇਵਾਂਗੇ, ਮੈਂ ਅਤੇ ਹਰਭੇਤ ਸਿੱਧੂ ਦੇਵਾਂਗੇ ਉਹਦਾ ਨੁਕਸਾਨ। ਅਤੇ ਮੈਂ ਇਹ ਗੱਲ ਕਹਿੰਦਾ ਕੰਪਨੀਆਂ ਵਾਲਿਆਂ ਨੂੰ ਵੀ ਅੱਗੇ ਤਾਂ ਮਾਨ ਨੇ ਅਤੇ ਢਿੱਲੋਂ ਬਠਿੰਡੇ ਵਾਲੇ ਹੁਣਾਂ ਨੇ ਅਤੇ ਮੱਟ ਸ਼ੇਰੋਂ ਵਾਲੇ ਹੁਣਾਂ ਨੇ ਤਿੰਨ ਜਾਣਿਆਂ ਨੇ ਮੇਨ ਵੱਡਾ ਮੁੱਦਾ ਚੱਕਿਆ ਸੀ, ਅਤੇ ਹੁਣ ਜਿਹੜੇ ਅਸੀਂ 5-7 ਹੋਰ ਇੱਧਰਲੇ ਮੋਗੇ ਅਰਗੇ ਦੇ ਹਾਂ ਇਹ ਵੀ ਨਾਲ ਰਲਾਂਗੇ। ਜੇ ਤੁਸੀਂ ਸਹੀ ਕੰਮ ਕਰਨ ਵਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕਾਫਲੇ ਵੱਡੇ ਹੋਣਗੇ, ਸਾਨੂੰ ਇਹ ਗੱਲ ਦਾ ਪਤਾ। ਇਸ ਮੁਲਕ ਦੇ ਵਿੱਚ ਦੇਸ਼ ਭਗਤੀ ਦਾ ਇਨਾਮ ਜੇਲ੍ਹਾਂ ਫਾਂਸੀਆਂ ਤੋਂ ਵੱਡਾ ਹਜੇ ਤੱਕ ਕੋਈ ਨਹੀਂ ਦੇ ਸਕਿਆ। ਜੇ ਸਰਕਾਰ ਤੁਹਾਡੇ ਨਾਲ ਮਿਲ ਕੇ ਇਹ ਕੰਮ ਵੀ ਕਰਨ ਦੀ ਕੋਸ਼ਿਸ਼ ਕਰੂਗੀ ਨਾ, ਤਾਂ ਕੋਈ ਗੱਲ ਨਹੀਂ, ਇਸ ਗੱਲ ਨੂੰ ਵੀ ਝੱਲਾਂਗੇ, ਵੱਡੇ ਦਿਲ ਨਾਲ ਝੱਲਾਂਗੇ, ਅਤੇ ਕੋਈ ਸ਼ਿਕਵਾ ਨਹੀਂ ਕਰਾਂਗੇ ਕਿ ਸਾਡੇ ਨਾਲ ਸਰਕਾਰ ਨੇ ਐਂ ਕਰਤਾ। ਅਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਇਹ ਗੱਲ ਕਹਿੰਦਾ ਕਿ ਜੇ ਚੰਨੀ ਸਾਹਿਬ ਦਾ ਕੋਈ ਵੀ ਤੁਹਾਡੇ ਕੋਲ IT ਸੈੱਲ ਦਾ ਕੰਟੈਕਟ ਨੰਬਰ ਹੈਗਾ ਤਾਂ ਉਹਨਾਂ ਨੂੰ ਦੱਸਿਓ ਵੀ ਜਿਹੜੇ ਲੋਕਾਂ ਦੀ ਆਵਾਜ਼ 'ਤੇ ਤੁਸੀਂ ਟਿੰਡੇ ਫਰੋਲਦੇ ਫਿਰਦੇ ਸੀ ਨਾ, ਉਹ ਬੰਦੇ 'ਤੇ ਅੱਜ ਪਰਚਾ ਕਰਾਉਣ ਦੀ ਕੰਪਨੀਆਂ ਤਿਆਰੀ ਕਰ ਰਹੀਆਂ। ਕੋਈ ਗੱਲ ਨਹੀਂ, ਜਿੱਦਾਂ ਪਰਚਾ ਹੋਇਆ ਅਤੇ ਬਾਏ ਨੇਮ ਉਹ ਗੱਲ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਆਹ ਕੰਪਨੀ ਦੀ ਆਹ ਕਰਤੂਤ ਆ। ਕੋਈ ਗੱਲ ਨਹੀਂ, ਜੇ ਅਸੀਂ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਮਸ਼ਹੂਰੀ ਕਰ ਸਕਦੇ ਨੇ ਕਿਸੇ ਕੰਮ ਕਾਰ ਦੀ, ਤਾਂ ਫਿਰ ਕੋਈ ਗੱਲ ਨਹੀਂ, ਜੇ ਸਾਨੂੰ ਜਲੂਸ ਕੱਢਣਾ ਪਿਆ ਤਾਂ ਜਲੂਸ ਵੀ ਕੱਢਾਂਗੇ। ਐਡੀ ਨਹੀਂ ਗੱਲ, ਦਬਣ ਦੁਬਣ ਵਾਲੇ ਅਸੀਂ ਜਮ੍ਹਾਂ ਹੀ ਹੈ ਨਹੀਂ, ਦਬਣ ਵਾਲੇ ਅਸੀਂ, ਦੇਣ ਹੀ ਨਹੀਂ ਜੰਮੇ। ਜਿਉਂਦੇ ਰਹੋ, ਸ਼ੇਅਰ ਕਰ ਦਿਓ।